पुस्तत मन में कर निरंकार। वाहिगुरु जी का खालसा, वाहिगुरु जी की फतेह। अज दे उस्तत मनमय कर निरंकार दे प्रोग्राम दे विच असी सारे अपने दर्शकों जी आखते हाँ, ਅਤੇ ਅਸੀਂ ਆਪਣੇ ਵਿਚਾਰ ਨੂੰ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਅਸੀਂ ਆਪਣੇ ਵਿਚਾਰ ਪਿਛਲੇ ਪ੍ਰੋਗਰਾਮ ਦੇ ਵਿੱਚ ਛੱਡੀ ਸੀ। ਅਸੀਂ ਗੌੜੀ ਬਾਬ ਨਖਰੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਮਹਾਨ ਬਚਨ ਵਿਚਾਰ ਰਹੇ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਇੱਕ ਸਲੋਕ 'ਤੇ ਵਿਚਾਰ ਕੀਤੀ ਸੀ ਜਿਹਦੇ ਵਿੱਚ ਪਾਤਸ਼ਾਹ ਜੀ ਸਾਨੂੰ ਦੱਸਦੇ ਆ ਕਿ ਜਿਹੜਾ ਪ੍ਰਾਣੀ ਆਪਣੀ ਹਉਮੈ ਦੂਰ ਕਰ ਲੈਂਦਾ ਉਹਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ, ਉਹਦੇ ਨਾਲ ਉਹਦਾ ਮਨ ਅਤੇ ਤਨ ਦੋਏ ਅਰੋਗ ਹੋ ਜਾਂਦੇ ਆ, ਰੋਗ ਰਹਿਤ ਹੋ ਜਾਂਦੇ। ਅਤੇ ਦੂਜੀ ਚੀਜ਼ ਉਹਨੂੰ ਇਹ ਪ੍ਰਾਪਤ ਹੁੰਦੀ ਹੈ ਕਿ ਜਿਹੜਾ ਵਾਹਿਗੁਰੂ ਉਸਤਤ ਕਰਨ ਦੇ ਯੋਗ ਆ ਉਹ ਉਹਨੂੰ ਸਾਰੇ ਪਾਸੇ ਦਿਸਣ ਲੱਗ ਪੈਂਦਾ। ਸੋ ਇਹ ਸਲੋਕ ਤੋਂ ਗਾਹ ਮਹਾਰਾਜ ਇਸ ਚੀਜ਼ ਨੂੰ ਵਿਸਥਾਰ ਦਿੰਦੇ, ਇਸ ਖਿਆਲ ਨੂੰ ਗੁਰੂ ਪਾਤਸ਼ਾਹ ਫਰਮਾਉਂਦੇ ਆ ਕਿ ਖਰਾ ਖਰਾ ਸਰਾਹੋ ਤਾਹੂ। ਮੈਂ ਉਸ ਵਾਹਿਗੁਰੂ ਨੂੰ ਉਸਦੀ ਉਸਤਤ ਮਨ ਲਾ ਕੇ ਕਰਦਾ ਜੋ ਖਿੰਨ ਮੈਂ ਉਨੇ ਸੁਭਰ ਭਰਾਹੂ। ਜੋੜਾ ਇੱਕ ਛਿੰਨ ਦੇ ਵਿੱਚ ਗੁਣਾਂ ਤੋਂ ਖਾਲੀ ਹਿਰਦਿਆਂ ਨੂੰ ਗੁਣਾਂ ਦੇ ਨਾਲ ਨਕਾਨਕ ਭਰ ਦਿੰਦਾ। ਸਵੱਜ ਦੀ ਵਿਚਾਰ ਚਰਚਾ ਵਿੱਚ ਸਾਡੇ ਨਾਲ ਸ਼ਾਮਿਲ ਹਨ ਗਿਆਨੀ ਸੰਤੋਖ ਸਿੰਘ ਜੀ। ਆਓ ਅਸੀਂ ਆਪਣੇ ਵਿਚਾਰ ਨੂੰ ਅਗਾਂਹ ਤੋਰਦੇ ਹਾਂ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਇੱਥੇ ਮਹਾਰਾਜ ਨੇ ਜਿਹੜਾ ਸਲੋਕ ਪਿੱਛੇ ਆਪਾਂ ਵਿਚਾਰਿਆ ਜੀ, ਉਹਦੇ ਵਿੱਚ ਉਹਨਾਂ ਨੇ ਇਹ ਖਿਆਲ ਦਿੱਤਾ ਸੀ ਕਿ ਜਿਹੜਾ ਬੰਦਾ ਆਪਣੀ ਹਉਮੈ ਦੂਰ ਕਰ ਲੈਂਦਾ, ਬਿਲਕੁਲ ਖੁਦ ਹੀ ਮਿਟਾਉਣ ਦਾ, ਹਾਂ ਜਿਹਦੀ ਖੁਦ ਹੀ ਮਿਟ ਜਾਂਦੀ ਹੈ ਜੀ। ਅਤੇ ਪਰ ਮੇਰਾ ਖਿਆਲ ਨਹੀਂ ਕੋਈ ਬੰਦਾ ਆਪਣੇ ਆਪ ਚਾਹਵੇ ਮੈਂ ਖੁਦ ਹੀ ਮਿਟ ਜਾਊਂ। ਮੇਰੀ ਪ੍ਰੋਬਲਮ ਤਾਂ ਇਹੀ ਆ, ਹਾਂ ਦੋਹਦਾ ਦੇ ਵਿੱਚ ਜੀਂਦਾ, ਕੋਈ ਨਾ ਕੋਈ ਤਰੀਕਾ ਤਾਂ ਅਪਣਾਉਣਾ ਪਊ। ਅਤੇ ਉਹਦੀ ਜਿਹੜੀ ਖੁਦ ਹੀ ਮਿਟ ਜਾਂਦੀ ਆ ਉਹ ਬੰਦਾ ਜਿਹੜਾ ਉਹਨੂੰ ਆਤਮਿਕ ਆਨੰਦ ਮਿਲ ਜਾਂਦਾ ਜੀ। ਆਤਮਿਕ ਆਨੰਦ ਪ੍ਰਾਪਤ ਹੋਣ ਦੇ ਨਾਲ ਉਹਦਾ ਮਨ ਅਤੇ ਤਨ ਅਰੋਗ ਹੋ ਜਾਂਦੇ ਆ ਜੀ, ਬਿਲਕੁਲ। ਅਤੇ ਉਹਨੂੰ ਉਹ ਵਾਹਿਗੁਰੂ ਜਿਹੜਾ ਆ ਚਾਰੇ ਹੀ ਪਾਸੇ ਉਹਨੂੰ ਦ੍ਰਿਸ਼ਟੀ ਹੋ ਜਾਂਦਾ, ਉਹਨੂੰ ਨਜ਼ਰ ਆਉਣ ਲੱਗ ਪੈਂਦਾ, ਬਿਲਕੁਲ। ਹੁਣ ਮਹਾਰਾਜ ਜੀ ਇਸੇ ਖਿਆਲ ਨੂੰ ਗਾਂਹ ਹੋਰ ਵਿਸਥਾਰ ਦਿੰਦੇ ਆ, ਕਹਿੰਦੇ ਵੀ ਮੈਂ ਉਸ ਵਾਹਿਗੁਰੂ ਨੂੰ ਉਹਦੀ ਸਿਫਤ ਸਲਾਹ ਮਨ ਲਾ ਕੇ ਕਰਦਾ। ਅਤੇ ਜਿਹੜਾ ਇਹ ਆ ਵੀ ਇੱਕ ਛਿੰਨ ਦੇ ਵਿੱਚ ਗੁਣਾਂ ਤੋਂ ਖਾਲੀ ਹਿਰਦਿਆਂ ਨੂੰ ਨਕੋ ਨਕ ਭਰ ਦਿੱਤਾ ਜੀ। ਹੁਣ ਦੇਖੋ ਇੱਥੇ ਦੋ ਚਾਰ ਕੁਐਸਚਨ ਹੈਗੇ ਆ ਜੀ ਜੀ। ਇੱਕ ਤਾਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਇਹ ਜਿਹੜੀ ਹਉਮੈ ਆ ਇਹ ਜੇ ਕੋਈ ਬੰਦਾ ਚਾਹਵੇ ਆਪਣੀ ਹੱਠ ਧਰਮੀ ਨਾਲ ਮੈਂ ਖਤਮ ਕਰ ਲਵਾਂ, ਇੱਦਾਂ ਹੁੰਦੀ ਨਹੀਂ, ਇੱਦਾਂ ਤਾਂ ਹੋ ਨਹੀਂ ਸਕਦਾ, ਅੱਜ ਤੱਕ ਹੋਈ ਵੀ ਨਹੀਂ ਕਿਸੇ ਦੀ। ਹਾਂ, ਇਹਦਾ ਵੀ ਕੋਈ ਨਾ ਕੋਈ ਵੇ ਹੈਗਾ ਜਿਹਦੇ ਵਿੱਚ ਜਾ ਕੇ ਹੋਵੇ, ਹਾਂ ਜਿਹੜਾ ਸਾਧਨ ਆ ਉਹ ਪਤਾ ਹੋਣਾ ਚਾਹੀਦਾ। ਹਾਂ, ਅਤੇ ਦੂਸਰੀ ਬੜੀ ਗੱਲ ਇਹ ਆ ਬਈ ਵਾਹਿਗੁਰੂ ਵੀ ਜੇ ਚਾਹਵੇ ਵੀ ਇੱਕ ਛਿੰਨ ਦੇ ਵਿੱਚ ਦੂਸਰੇ ਖਾਲੀ ਹਿਰਦਿਆਂ ਨੂੰ ਗੁਣਾਂ ਤੋਂ ਖਾਲੀ ਹਿਰਦਿਆਂ ਨੂੰ ਭਰ ਦਿੰਦਾ, ਬਿਲਕੁਲ। ਖੈਰ ਇਹ ਤਾਂ ਉਹਦਾ ਗੁਰਪ੍ਰਸਾਦ ਆ, ਅਸੀਂ ਕਹਿ ਸਕਦੇ ਹਾਂ ਵੀ ਇਹੀ ਸਾਧਨ ਪਿੱਛੇ ਹਉਮੈ ਨੂੰ ਦੂਰ ਕਰਨ ਦਾ। ਹਾਂ, ਹੁਣ ਤੁਸੀਂ ਆਪੇ ਗੱਲ ਕਰ ਦਿੱਤੀ। ਹਾਂ ਹਾਂ ਹਾਂਜੀ। ਸੋ ਜਾਣੀ ਕਿ ਪਰ ਸਭ ਤੋਂ ਬੜੀ ਗੱਲ ਇਹ ਆ
ਗੁਰੂ ਦੀ ਪ੍ਰਾਪਤੀ ਬਿਲਕੁਲ ਉਹਦੇ ਨਾਲ ਹੀ ਸਾਰਾ ਕੁਛ ਸੰਭਵ ਆ, ਉਹਦੇ ਤੋਂ ਬਗੈਰ ਕੁਛ ਨਹੀਂ ਪ੍ਰਾਪਤੀ ਹੋਣੀ। ਜਿਸ ਤਰੀਕੇ ਨਾਲ ਤੁਸੀਂ ਗੱਲ ਆਰੰਭੀ ਆ ਵੀ ਆਖਿਰਕਾਰ ਜਿਹੜੀ ਹਉਮੈ ਦਾ ਮਿਟਣਾ ਕੀ ਆ, ਗੱਲ ਇਹ ਆ ਵੀ ਜਦੋਂ ਸਾਨੂੰ ਇਹ ਹੈ ਨਾ ਸੰਸਾਰ ਦੀ ਜਦੋਂ ਬਣਤਰ ਦੇਖਦੇ ਹਾਂ, ਜਦੋਂ ਅਸੀਂ ਆਮ ਤੌਰ ਦੇ ਉੱਤੇ ਆਪਣੇ ਜਿਹੜਾ ਇਸ ਪ੍ਰੋਗਰਾਮ ਆ ਇਹਦਾ ਨਾਂ ਹੀ ਇਹ ਆ ਵੀ ਉਸਤਤ ਮਾਨਵੇਂ ਕਾਰਨ ਨਿਰੰਕਾਰ। ਸੋ ਨਿਰੰਕਾਰ ਦੀ ਜਿਹੜੀ ਡੈਫੀਨੇਸ਼ਨ ਆ ਉਹ ਗੁਰੂ ਮਹਾਰਾਜ ਜੀ ਨੇ ਸਾਨੂੰ ਆਪ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਬਿਆਨ ਕੀਤੀ ਹੋਊ ਆ ਵੀ ਨਾਨਕ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀ ਆ ਸਗਲ ਜਹਾਨ। ਮਤਲਬ ਜਿਹੜਾ ਪਿੱਛੇ ਨਿਰੰਕਾਰੀ ਗੁਣ ਆ ਉਹ ਨਿਰਭਉ ਦਾ ਆ, ਨਿਰਵੈਰਤਾ ਦਾ ਆ, ਅਕਾਲ ਹੈ, ਭਾਵ ਇਹ ਸਾਰੇ ਜਿਹੜੇ ਗੁਣ ਆ ਨਿਰੰਕਾਰ ਦੇ ਆ, ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ, ਪਰ ਸਾਰੇ ਆਕਾਰਾਂ ਦੀ ਸਿਰਜਣਾ ਉਹਨੇ ਕੀਤੀ ਜਾ ਕਾ ਕੀ ਆ ਸਗਲ ਜਹਾਨ, ਜਿਹਨੇ ਸਾਰੇ ਜਹਾਨ ਨੂੰ ਪੈਦਾ ਕੀਤਾ। ਹੁਣ ਇੱਥੋਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਜਿਹੜੇ ਹਿਰਦੇ ਆ ਜਿਹਨਾਂ ਦੇ ਹਿਰਦੇ ਸੱਖਣੇ ਆ ਗੁਣਾਂ ਤੋਂ, ਇਹਦਾ ਮਤਲਬ ਇਹ ਆ ਵੀ ਜਿਹੜਾ ਹਿਰਦਾ ਆ ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਪਈ ਆ ਜਿਹਦੇ ਵਿੱਚ ਪੂਰਾ ਨਾਮ ਪ੍ਰਗਟ ਨਹੀਂ ਹੋ ਰਿਹਾ, ਭਾਵ ਉਹਨੂੰ ਆਪਾਂ ਗੁਰਮਤਿ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਵੀ ਇਹ ਹਉਮੈ ਆ, ਕਿਉਂਕਿ ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਾਰਿਆ ਦੁੱਖ ਪਾਇਆ। ਹੁਣ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਸੰਸਾਰ ਜਿਹੜਾ ਆ ਉਹ ਰੋਗੀ ਆ ਹਉਮੈ ਦੀ ਬਿਮਾਰੀ ਦਾ, ਅਤੇ ਇਹਦਾ ਟ੍ਰੀਟਮੈਂਟ ਹੈਗਾ ਆ ਕੇਵਲ ਅਤੇ ਕੇਵਲ ਹਉਮੈ ਦੇ ਆਪੋਜਿਟ ਕੀ ਆ ਨਾਮ। ਹੁਣ ਜਿਹੜਾ ਨਾਮ ਆ ਉਹਦੇ ਵਿੱਚ ਜਾ ਕੇ ਇਕਾਈ ਆਉਂਦੀ ਆ, ਭਾਵ ਉਹਦੇ ਵਿੱਚ ਜਾ ਕੇ ਏਕਤਾ ਆਉਂਦੀ ਆ, ਜਿਹੜੀ ਹਉਮੈ ਆ ਇਹਦੇ ਵਿੱਚ ਅਨੇਕਤਾ ਆਉਂਦੀ ਆ। ਹੁਣ ਦੇਖਣ ਵਾਲੀ ਗੱਲ ਇਹ ਆ ਜਦੋਂ ਬੱਚਾ ਬੋਰਨ ਹੁੰਦਾ, ਜਦੋਂ ਇਹ ਸਿਰਜਣਾ ਹੁੰਦੀ ਆ, ਉਹ ਸਿਰਜਣਾ ਦੇ ਵਿੱਚ ਜਦੋਂ ਜੀਵ ਪੈਦਾ ਹੁੰਦਾ ਉਹਦੇ 5 ਸੈਂਸ ਬਾਹਰ ਨੂੰ ਖੁੱਲ੍ਹਦੇ ਆ, ਗਿਆਨ ਇੰਦਰੀ ਬਾਹਰ ਨੂੰ ਖੁੱਲ੍ਹਦੇ ਆ। ਇਹਦਾ ਮਤਲਬ ਇਹ ਆ ਵੀ ਸੰਸਾਰ ਦੇ ਵਿੱਚ ਉਹਦਾ ਜਿਹੜਾ ਓਪਨ ਅਪ ਹੋਇਆ ਸਾਰਾ ਸੰਸਾਰ, ਮਤਲਬ ਹਉਮੈ ਵੱਲ ਨੂੰ ਉਹਦਾ ਮੁੱਖ ਹੋਇਆ। ਜਦੋਂ ਹਉਮੈ ਵੱਲ ਨੂੰ ਹੋਇਆ ਤਾਂ ਸਾਰੀ ਜ਼ਿੰਦਗੀ ਹਉਮੈ ਦੇ ਵਿੱਚ ਹੀ ਤੁਰਿਆ ਫਿਰਦਾ। ਹੁਣ ਜੇ ਤਾਂ ਇਹ ਇਹਦੇ ਅੰਦਰ ਕੋਈ ਇਹੋ ਜਿਹਾ ਗੁਣ ਪੈਦਾ ਹੁੰਦਾ ਜਿਹਦੇ ਕਰਕੇ ਇਹਨੂੰ ਪਤਾ ਲੱਗ ਜਾਂਦਾ ਵੀ ਮੈਂ ਹਉਮੈ ਦੀ ਬਿਮਾਰੀ ਦਾ ਸ਼ਿਕਾਰ ਹਾਂ, ਫਿਰ ਤਾਂ ਉਹਦੇ ਟ੍ਰੀਟਮੈਂਟ ਲਈ ਇਹਨੇ ਤੁਰਨਾ ਸੀਗਾ। ਪਰ ਇਹ ਉਹ ਜਿੱਦਾਂ ਕਹਿ ਦਈਏ ਹਉਮੈ ਤੋਂ ਦੁੱਖ ਉਪਜਦੇ ਆ, ਪਰ ਉਹਨਾਂ ਦੁੱਖਾਂ ਦਾ ਟ੍ਰੀਟਮੈਂਟ ਹਉਮੈ ਦੇ ਪੈਕੇਜ ਵਿੱਚ ਜਿਹੜੇ ਹੈਗੇ ਆ ਦੁੱਖਾਂ ਨੂੰ ਦੂਰ ਕਰਨ ਵਾਲੇ, ਜਿੱਦਾਂ ਸਾਨੂੰ ਮਾਨਸਿਕ ਕੋਈ ਤੰਗੀ ਆਈ ਉਹਦੇ ਲਈ ਅਸੀਂ ਟੈਬਲੇਟ ਖਾ ਲਈ, ਦਵਾਈ ਖਾ ਲਈ ਵੀ ਤੁਹਾਡੀ ਇਹ ਸੈਡਨੈਸ ਦੂਰ ਕਰ ਦਿੰਦੀ ਆ, ਪਰ ਜਦੋਂ ਟੈਬਲੇਟ ਖਾਧੀ ਉਹਦਾ ਸਾਈਡ ਇਫੈਕਟ ਜਿਹੜਾ ਸੀਗਾ ਉਹ ਵੀ ਹੋਰ ਆ ਗਿਆ। ਹੁਣ ਉਸ ਸਾਈਡ ਇਫੈਕਟ ਨੂੰ ਹੋਰ ਕਿਸੇ ਦਵਾਈ ਨਾਲ ਦੂਰ ਕਰੂਗਾ। ਇਸੇ ਤਰੀਕੇ ਨਾਲ ਜਿਹੜਾ ਮਾਨਸਿਕ ਦੁੱਖ ਆ ਸਾਨੂੰ ਆਉਂਦਾ, ਉਸ ਦੁੱਖਾਂ ਦਾ ਜਿਹੜਾ ਮੂਲ ਲੱਭਣਾ, ਕਿਉਂਕਿ ਦੁੱਖ ਦਾਰੂ ਉਹ ਦਾਰੂ ਬਣ ਕੇ ਆਉਂਦਾ, ਜੇ ਤਾਂ ਇਨਸਾਨ ਉਹਨੂੰ ਸਮਝੂਗਾ ਕਿ ਮੈਂ ਹਉਮੈ ਵਿੱਚ ਚੱਲ ਕੇ ਜਲੀਲ ਹੋ ਰਿਹਾ, ਦੁਖੀ ਹੋ ਰਿਹਾ, ਫਿਰ ਤਾਂ ਇਹਨੇ ਟ੍ਰੀਟਮੈਂਟ ਵੱਲ ਨੂੰ ਜਾਣਾ ਨਾਮ ਵੱਲ ਨੂੰ, ਨਹੀਂ ਤਾਂ ਇਹਨੇ ਸਾਰੀ ਜ਼ਿੰਦਗੀ ਜਿੱਦਾਂ ਲੋਭੀ ਜੀੜਾ ਥਰਨਾ ਰਹਿਤਾ ਹੈ ਚਾਰੇ ਘੁੰਟਾਂ ਭਾਲੇ, ਨਹੀਂ ਤਾਂ ਇਹਦੀ ਵਿਰਤੀ ਅੰਦਰੋਂ ਉਹ ਬਣੀ ਰਹਿਣੀ ਆ। ਹੁਣ ਜਦੋਂ ਗੱਲ ਇਹ ਆਈ ਆ ਵੀ ਇਹਦੀ ਖੁਦੀ ਮਿਟ ਗਈ ਆ, ਉਹ ਮਿਟਣ ਦਾ ਜਿਹੜਾ ਸਾਧਨ ਸੀਗਾ ਉਹ ਗੁਰੂ ਆ, ਗੁਰੂ ਪ੍ਰਣਾਲੀ ਆ, ਜਿਸ ਪ੍ਰਣਾਲੀ ਦੇ ਵਿੱਚ ਹੋ ਕੇ ਇਹਨੇ ਆਪਣੀ ਜਿਹੜੀ ਹਉਮੈ ਆ ਉਹਨੂੰ ਮਨਫੀ ਕਰਕੇ ਲੈਣਾ, ਮਨਫੀ ਕਰਕੇ ਹਉਮੈ ਨਾਨਕ ਦੀ ਪਦਵੀ ਤੱਕ ਪਹੁੰਚ ਜਾਂਦਾ। ਸੋ ਇਸੇ ਤਰੀਕੇ ਨਾਲ ਜਿਹੜਾ ਹਉਮੈ ਦਾ ਭਰਿਆ ਜੀਵ ਆ, ਜਦੋਂ ਇਹ ਹਉਮੈ ਗੁਰੂ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰਦੀ ਆ, ਕਿਉਂਕਿ ਜਿਹੜੀ ਹਉਮੈ ਆ ਸਾਰੇ ਸਰੀਰਾਂ ਦੇ ਵਿੱਚ ਆ, ਸਾਰੀ ਮਨੁੱਖਤਾ ਦੇ ਵਿੱਚ ਆ, ਜਿੱਦਾਂ ਕਹਿ ਦਈਏ ਵੀ ਸਾਰੀ ਜਿਹੜੀ ਸ੍ਰਿਸ਼ਟੀ ਆ ਇਹ ਹਉਮੈ ਦੀ ਕਰਕੇ ਹੀ ਇਹ ਆਕਾਰ ਦੇ ਵਿੱਚ ਖੜੀ ਆ। ਹੁਣ ਇਹਦਾ ਇੱਕ ਪੱਖ ਤਾਂ ਹੈਗਾ ਆਕਾਰ ਵਿੱਚ ਖੜਨਾ, ਦੂਜਾ ਇਹਦਾ ਜਿਹੜਾ ਸੁਭਾਅ ਆ। ਹੁਣ ਜਿਹੜੇ ਸੁਭਾਅ ਦੇ ਵਿੱਚ ਜਿਹੜੇ ਸਾਡੇ ਹੈ ਨਾ ਐਰੋਗੈਂਟ ਜਾਂ ਸਾਡਾ ਹਉਮੈ ਪਾਣ, ਹਉਮੈ ਦਾ ਮਤਲਬ ਇਹ ਹੁੰਦਾ ਵੀ ਮੈਂ ਰੱਬ ਨਾਲੋਂ ਵੱਖਰਾ, ਉਹ ਜਦੋਂ ਰੱਬ ਨਾਲੋਂ ਵੱਖਰੀ ਹੋਂਦ ਨੂੰ ਆਪਣੀ ਨੂੰ ਇਹ ਆਪਣੀ ਸ਼ਖਸੀਅਤ ਬਣਾਉਂਦਾ, ਉਹ ਜਿਹੜੀ ਸ਼ਖਸੀਅਤ ਆ ਉਹਨੂੰ ਭੰਨਣ ਦੇ ਲਈ ਫਿਰ ਟਾਈਮ ਲੱਗਦਾ ਬਾਅਦ ਵਿੱਚ, ਕਿਉਂਕਿ ਉਹ ਜਿਹੜੀ ਹਉਮੈ ਦੀ ਸ਼ਖਸੀਅਤ ਆ ਇਹਦੇ ਵਿੱਚ ਫਿਰ ਇਨਸਾਨ ਜਿੱਦਾਂ ਸਾਰੀ ਜ਼ਿੰਦਗੀ ਮਤਲਬ ਗੁਰੂ ਵੱਲੋਂ ਬੇਮੁੱਖ ਰਹਿੰਦਾ। ਅਤੇ ਮਨਮੁੱਖ ਦੀ ਇਹ ਇੱਕ ਆਪਾਂ ਉੱਗਣ ਅੱਗੇ ਦੇਖ ਚੁੱਕੇ ਹਾਂ ਕਿ ਮਨਮੁੱਖ ਦੀ ਇੱਕ ਜਿਹੜਾ ਦੋਸ਼ ਆ ਉਹ ਇੱਦਾਂ ਦਾ ਆ ਕਿ ਉਹ ਆਪਣੇ ਤੋਂ ਛੁੱਟ ਬਾਕੀ ਸਾਰਿਆਂ ਨੂੰ ਹੀ ਉਹ ਬੇਵਕੂਫ ਸਮਝਦਾ ਵੀ ਇੰਟੈਲੀਜੈਂਟ ਥੱਲਾ ਮੈਂ ਹੀ ਹਾਂ। ਸੋ ਇਹ ਉਹਦਾ ਸਭ ਤੋਂ ਵੱਡਾ ਦੋਸ਼ ਆ, ਪਰ ਇਹਨਾਂ ਦੋਸ਼ਾਂ ਦੇ ਕਰਕੇ ਜਦੋਂ ਉਹਨੂੰ ਵੱਡੇ ਵੱਡੇ ਦੁੱਖ ਹੋਰ ਝੱਲਣੇ ਪੈਂਦੇ ਆ, ਐਂਡ ਆਫ ਦਾ ਡੇ ਉਹਦਾ ਜਿਹੜਾ ਹਿਰਦਾ ਮੂਧਾ ਹੋਇਆ ਹੁੰਦਾ ਹਉਮੈ ਵੱਲ ਨੂੰ, ਉਹਨੂੰ ਥੋੜ੍ਹਾ ਜਿਹਾ ਹੈਲਜੁਲ ਹੁੰਦੀ ਆ, ਕਿਉਂਕਿ ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਇਕੱਲੀ ਹਉਮੈ ਹੀ ਨਹੀਂ ਸਾਡੇ ਆਉਂਦੀ, ਨਾਮ ਕਿਉਂਕਿ ਹਉਮੈ ਦੇ ਨਾਲ ਮਿਕਚਰ ਆ, ਇਸ ਕਰਕੇ ਨਾਮ ਦੀਆਂ ਵੀ ਜਿਹੜੇ ਅਨੁਭਵ ਆ ਉਹ ਵੀ ਸਾਨੂੰ ਕਈ ਵਾਰੀ ਨਸੀਬ ਹੋ ਜਾਂਦੇ ਆ। ਸੋ ਇਸੇ ਤਰੀਕੇ ਨਾਲ ਜਦੋਂ ਗੁਰੂ ਪ੍ਰਣਾਲੀ ਦੇ ਵਿੱਚ ਹੀ ਹੋ ਕੇ ਜਦੋਂ ਸ਼ਬਦ ਦੇ ਅਭਿਆਸ ਦੇ ਵਿੱਚ ਗਏ, ਸ਼ਬਦ ਕੀ ਆ, ਸ਼ਬਦ ਇੱਕ ਦਰਪਣ ਆ, ਇੱਕ ਸ਼ੀਸ਼ਾ ਆ ਜਿਹਦੇ ਵਿੱਚ ਮਨ ਨੇ ਆਪਣੇ ਸਵੈਮ ਦੀ ਪੜਚੋਲ ਕਰਨੀ ਸ਼ੁਰੂ ਕਰਨੀ ਆ। ਹੁਣ ਜੇ ਇਸ ਸ਼ਬਦ ਦੇ ਵਿੱਚ ਧੁਰ ਕੀ ਬਾਣੀ ਦਾ ਗਿਆਨ ਆ, ਭਾਵ ਧੁਰੇ ਦਾ ਗਿਆਨ ਆ, ਨਾਮ ਦਾ ਗਿਆਨ ਆ,
उस शब्द के थ्रू जाके ये जी खुद ही मिटनी आ ते मन ने भी रोगी बनना ते तन ने भी रोग बन जाना। जिदा कह दिए जदों असी ये कहने कि मन तन रोगी उतों सानू ये समझ लेना चाहिए जदों मन रोग हो गया शरीर के उत्ते क्योंकि पता नहीं मैनू अज समझ लगी नाम की पता नहीं कदों नूं लगनी आ पर नाम की समझ तो बगैर जिहड़ा असी खाधा आ जो कुछ भी हमें दे अधीन हो के वो कर्मों का फल सानू भुगना पैना इहदे लई भी तैयार रहना चाहिए क्योंकि जिहो जिहे असी कर्म करते हैं वट एवर सानू अज गुरु ने सोझी देती आ भी असी हुण इह तों मुक्त आ मन करके असी वो कर्म फल तो मुक्त हो गए हैं पर संसारिक जीवन दे विच तुसी आम तौर पर देखते हैं लोग क्राइम करते हैं जेलां कट के वापस आ जाते हैं क्योंकि कानून के हिसाब ना उन्हें वह सज़ा कट ली अपने क्राइम की पर जो संसार में आता संसार उन्हें इन्नी जल्दी एक्सैप्ट नहीं करता सारी जिंदगी वो लग जाती है जिदा कहते होंगे भी जो कलंक जोड़ा आ वह लेंदा नहीं गा संसार ही लोग जोड़े आ क्योंकि होमे दे भरे हो आता गुरमत ग्रहण किया हों फिर तो असं उन्होंने माफ फॉरगिव फॉरगेट कर सकते सी पर जोड़ा संसार आ होमे दे पक्का लेवल उ लग जाता भी यह तो इस क्राइम के करके गया सगा हजे भी क्रिमिनल ही है भाव उन्हें सज़ा भी भोग ली पर उसके बावजूद भी वह क्रिमिनल ही आ इस तरीके जोड़ा सा होमे का भरया मन आ वो जो गुरु दे अगे समर्पित हो के अपने आप को घड़ लैंदा क्योंकि तिथे घड़ी सुरत मत मन बुद्ध जिहड़ी सुरत मत मन बुद्ध नूं घड़ना की आ जिहड़ी साडी अकल बन चुकी है ऑलरेडी साडे विश्वास बन चुके ना विश्वास दे विच विवेक है नहीं गा विवेक जिहड़ा आ वह कोड आ वह फिल्टर आ जिहने जिहड़ा मटीरियल होमे का जिहड़ा भड़काऊ आ जिहड़ा कि अग नूं चलाउण वाला जिहड़ी साडी तृष्णा की अग बुझदी नहीं उस अग नूं होर वधाउण वाला वह मटीरियल इस विवेक बुद्ध ने आन नहीं देना अंदर क्योंकि बाहरों रोक लग गई हुण अंदरली सफाई होनी है हुण अंदरली सफाई करन दे लई इहनूं टाइम चाहिए सो असी कह सकते हाँ जी कि मनुख नूं इह चीज़ां प्राप्त करने वास्ते गुरु नूं आपां समर्पण करना हाँ जी बिल्कुल गुरु नूं ग्रहण करना पैना ते वह भी जिस जीव दे ਭਾਗਾਂ ਦੇ ਵਿੱਚ ਇਹ ਚੀਜ਼ ਹੈ ਬਿਲਕੁਲ ਜਿਹਦੇ ਅੰਦਰੋਂ ਲੋੜ ਮਹਿਸੂਸ ਹੁੰਦੀ ਹੈ ਹਾਂ ਜਿਹਨੂੰ ਇਹ ਚੀਜ਼ ਮਿਲਣੀ ਆ ਹਾਂ ਉਹ ਚੀਜ਼ ਨੇ ਆ ਕੇ ਗੁਰੂ ਨੂੰ ਆਪਾਂ ਸਮਰਪਣ ਕਰਨਾ ਤੇ ਨਾਲ ਲੱਗਦਾ ਜੇ ਕਈ ਵਾਰੀ ਇੱਕ ਉਦਾਂ ਦੇ ਤਰਕਵਾਦੀ ਵੀ ਗੱਲ ਕਰ ਦਿੰਦੇ ਆ ਵੀ ਸਾਡੇ ਭਾਗਾਂ 'ਚ ਹੈ ਨਹੀਂ ਹੁਣ ਅਸੀਂ ਕੀ ਕਰੀਏ ਕਈ ਵਾਰੀ ਇੱਦਾਂ ਵੀ ਗੱਲ ਹੋ ਜਾਂਦੀ ਆ ਸਾਨੂੰ ਗੱਲ ਇਹ ਸਮਝਣ ਦੀ ਲੋੜ ਆ ਜਿਹਦੇ ਅੰਦਰ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਮੈਨੂੰ ਨਾਮ ਦੀ ਜ਼ਰੂਰਤ ਆ ਇਹ ਸਮਝ ਲੈਣਾ ਵੀ ਉਹ ਮਾਨਸਿਕ ਤੌਰ ਦੇ ਉੱਤੇ 100% ਰੋਗੀ ਆ ਅਤੇ ਉਸ ਰੋਗ ਦਾ ਟ੍ਰੀਟਮੈਂਟ ਕਰਨ ਦੇ ਲਈ ਗੁਰੂ ਮਹਾਰਾਜ ਨੇ ਇੱਕ ਹੋਰ ਸਾਨੂੰ ਪ੍ਰਣਾਲੀ ਦਿੱਤੀ ਆ ਜਿਹਨੂੰ ਅਸੀਂ ਕਹਿੰਦੇ ਸਤਸੰਗ ਦੇਖੋ ਸਤਸੰਗ ਦੇ ਵਿੱਚ ਆਣ ਕੇ ਨਾਮ ਅਤੇ ਹਉਮੈ ਬਾਰੇ ਪਤਾ ਲੱਗਣਾ ਜਿਹੜੇ ਬੰਦਿਆਂ ਨੂੰ ਗੁਰੂ ਨੇ ਇੱਧਰ ਨਹੀਂ ਲਾਉਣਾ ਜੀ ਜੀ ਉਹਨਾਂ ਨੂੰ ਭੁਲਾਈ ਰੱਖਣਾ ਬਿਲਕੁਲ ਤਾਂ ਉਹਨਾਂ ਨੂੰ ਉਹਨਾਂ ਇੱਧਰਲੇ ਪਾਸੇ ਲਾਉਣਾ ਹੀ ਨਹੀਂ ਉਹ ਜਿੱਦਾਂ ਕਹਿ ਦਈਏ ਵੀ ਸਤ ਸੱਚਖੰਡ ਦੇ ਵਿੱਚ ਜਾ ਕੇ ਵੀ ਉਹ ਹੈ ਨਾ ਜਿਹੜੀ ਸਤਸੰਗ ਆ ਉਹਦੇ ਵਿੱਚੋਂ ਜਾ ਕੇ ਵੀ ਉਹ ਝੂਠ ਸੰਗੇ ਕਰਕੇ ਆਉਂਦੇ ਹਾਂ ਇਸ ਕਰਕੇ ਹੁਣ ਦੇਖੋ ਜਿਸ ਵੇਲੇ ਮਹਾਰਾਜ ਇਹ ਕਹਿੰਦੇ ਆ ਬਈ ਦੁੱਖ ਦਾਰੂ ਸੁੱਖ ਰੋਗ ਪਿਆ ਜੀ ਹੁਣ ਜਿਸ ਵੇਲੇ ਮਨਮੁੱਖ ਨੂੰ ਦੁੱਖ ਮਿਲਦਾ ਵੀ ਆ ਉਹ ਇੱਕ ਕਿਸਮ ਦੀ ਦੁਆ ਹੁੰਦੀ ਆ ਉਹਦੇ ਲਈ ਬਿਲਕੁਲ ਵੀ ਹੁਣ ਤੂੰ ਮਾੜਾ ਚੇਤਾ ਕਰ ਲਾ ਉਹਨੂੰ ਮਾੜਾ ਜਿਹਾ ਇਹ ਚੇਤਾ ਕਰਦਾ ਬਈ ਇਹ ਜਿਹੜੇ ਦੁੱਖ ਆ ਮੈਨੂੰ ਕਦ ਕਰਕੇ ਆ ਰਹੇ ਆ ਇਹ ਕਾਹਤੇ ਆ ਰਹੇ ਮੈਂ ਇਹਨੂੰ ਠਾਵਾਂ ਕਿਸ ਤਰ੍ਹਾਂ ਡਾਕਟਰ ਵੀ ਜਵਾਬ ਦਿੰਦੇ ਵੀ ਇਹਦਾ ਅਸੀਂ ਕੋਈ ਇਲਾਜ ਨਹੀਂ ਕਰ ਸਕਦੇ ਜੀ ਬਿਲਕੁਲ ਉਹ ਫਿਰ ਇੱਕ ਕਿਸਮ ਦੀ ਦਵਾਈ ਹੁੰਦੀ ਆ ਮਨੁੱਖ ਨੂੰ ਜਾਂ ਮਨਮੁੱਖ ਨੂੰ ਆਪਣੇ ਆਪੇ ਵਾਲਾ ਮੋੜਨ ਦੀ ਜੀ ਬਿਲਕੁਲ ਸਵੈਮ ਦੀ ਪੜਚੋਲ ਕਰ ਹਾਂ ਜਿਸ ਵੇਲੇ ਆਪਣੇ ਆਪੇ ਵਿੱਚ ਉਹ ਪੜਚੋਲ ਕਰਦਾ ਜੀ ਜੀ ਫਿਰ ਉਹਨੂੰ ਜੇ ਕੁਛ ਬਣ ਜਾਵੇ ਗੱਲ ਤਾਂ ਉਹਨੂੰ ਪੂਰੇ ਗੁਰੂ ਨੂੰ ਆਪਾਂ ਸਮਰਪਣ ਹੋ ਜਾਵੇ ਹਾਂ ਫਿਰ ਉਹਨੂੰ ਪਤਾ ਲੱਗਦਾ ਵੀ ਉਹ ਜਿਹੜਾ ਨਾਮ ਸੀਗਾ ਉਹ ਗੁਰੂ ਦੇ ਵਿੱਚ ਆ ਅਤੇ ਮੇਰੇ ਕੋਲ ਸੀਗੀ ਹਉਮੈ ਤਾਂ ਹਉਮੈ ਅਤੇ ਨਾਮ ਦਾ ਉਹ ਨਿਰਣਾ ਕਰਨਾ ਲਾਗੂ ਪੈਂਦਾ ਜਦੋਂ ਉਹਨੂੰ ਨਿਰਣਾ ਕਰਨਾ ਆ ਗਿਆ ਫਿਰ ਉਹਨੇ ਪ੍ਰੋਫਿਟ ਦਾ ਸੌਦਾ ਕਰਨਾ ਕਿਉਂਕਿ ਲਾਲਚ ਦਾ ਗੁਣ ਹਰੇਕ ਜੀਵ ਦੇ ਅੰਦਰ ਆ ਹਰੇਕ ਜੀਵ ਲਾਲਚੀ ਆ ਅਤੇ ਵਟ ਐਵਰ ਉਹ ਲਾਲਚ ਕਿਹੜੀ ਚੀਜ਼ ਦਾ ਕਰ ਰਿਹਾ ਇਹ ਉਹਦੇ 'ਤੇ ਡਿਪੈਂਡ ਕਰਦਾ ਕਿਉਂਕਿ ਦ੍ਰਿਸ਼ਟੀਕੋਣ ਜੇ ਹਉਮੈ ਦੇ ਉੱਤੇ ਆ ਫਿਰ ਤਾਂ ਉਹਨੇ ਮਟੀਰੀਅਲ ਦਾ ਕਰਨਾ ਪਰ ਜਦੋਂ ਆਤਮਕ ਗੁਣਾਂ ਦਾ ਉਹਨੂੰ ਲਾਲਚ ਲੱਗਾ ਫਿਰ ਉਹਨੇ ਗੁਰੂ ਵੱਲ ਨੂੰ ਤੁਰ ਪੈਣਾ ਪਰ ਇਹ ਗੱਲ ਆ ਗਈ ਜੀ ਹਾਂਜੀ ਦੇਖੋ ਇਹ ਜਿਹੜੇ ਸੱਚ ਦੀ ਪ੍ਰਾਪਤੀ ਲਈ ਉਹ ਬੰਦੇ ਬਹੁਤ ਥੋੜ੍ਹੇ ਆ ਹਾਂਜੀ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕੋਈ ਬਿਰਲਾ ਗੁਰਮੁਖ ਚੱਲੇ ਜੀ ਹੁਣ ਅਸੀਂ ਸਾਡੇ ਆਮ ਦੇਖਣ ਦੇ ਵਿੱਚ ਇਹ ਗੱਲ ਆ ਹਾਂਜੀ ਬਈ ਅਸੀਂ ਗੁਰੂ ਨੂੰ ਆਪਾਂ ਸਮਰਪਣ ਕੀਤਾ ਆ ਜੀ
ਪਰ ਫਿਰ ਵੀ ਅਸੀਂ ਹਉਮੈ ਸਾਡੀ ਜਾਣੀ ਕਿ 19 ਹੈ ਲੈਵਲ ਤਾਂ ਉਹ ਹੀ ਹੈ ਜਿਹੜੀ ਸਾਡੇ ਸੁਰਤ ਮਾਤਮਨ ਬੁੱਧ ਦੇ ਵਿੱਚ ਹਉਮੈ ਦਾ ਰਸ ਆ ਉਹ ਉਨਾ ਹੀ ਬਣਿਆ ਬਟ ਐਵਰ ਅਸੀਂ ਪੰਜ ਕਕਾਰ ਪਾਏ ਹੋਆ ਬਟ ਐਵਰ ਨਹੀਂ ਪਾਏ ਦੇਖੋ ਕਿਤੇ ਨਾ ਕਿਤੇ ਤਾਂ ਇਹ ਚੀਜ਼ ਜਿਹੜੀ ਹੈ ਇਹਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਤਾਂ ਨੁਕਸ ਹੈ ਆਫ ਕੋਰਸ ਕਿਉਂਕਿ ਅਸੀਂ ਪਹਿਰਾਵੇ ਨੂੰ ਧਰਮ ਮੰਨ ਲਿਆ ਜਦਕਿ ਪਖੰਡ ਜਿਹੜਾ ਵਿਖਾਵਾ ਜਿਹੜਾ ਹੁੰਦਾ ਉਹ ਧਰਮ ਨਹੀਂ ਹੁੰਦਾ ਉਹ ਧਰਮ ਦੇਖਣ ਦੇ ਲਈ ਧਰਮੀ ਜ਼ਰੂਰ ਹੁੰਦੇ ਆ ਪਰ ਹੁੰਦੇ ਨਹੀਂ ਐਕਚੁਅਲੀ ਅਸਲੀਅਤ ਧਰਮ ਇਹ ਆ ਜਦੋਂ ਮਨ ਪਰਿਵਰਤਨ ਹੋ ਗਿਆ ਜਦੋਂ ਮਨ ਦੇ ਵਿੱਚ ਜਿਹੜੀ ਹਉਮੈ ਆ ਇਹ ਨਿਕਲ ਕੇ ਨਾਮ ਆ ਗਿਆ ਭਾਵ ਗਿਆਨ ਦਾ ਪ੍ਰਕਾਸ਼ ਆ ਗਿਆ ਆਮ ਤੌਰ ਦੇ ਉੱਤੇ ਤੁਸੀਂ ਸੁਣਿਆ ਹੋਣਾ ਕਿ ਦੇਖੋ ਜੀ ਧਰਮ ਜਿਹੜਾ ਆ ਵੀ ਸ਼ਰਧਾ ਦਾ ਵਿਸ਼ਾ ਆ ਵੀ ਤੁਸੀਂ ਸ਼ਰਧਾ ਰੱਖ ਕੇ ਤੁਰੋ ਠੀਕ ਆ ਆਮ ਤੌਰ ਦੇ ਉੱਤੇ ਸਾਨੂੰ ਇਦਾਂ ਸਮਝਾਇਆ ਜਾਂਦਾ ਜਦਕਿ ਗੁਰਮਤ ਸਾਨੂੰ ਇਹ ਦੱਸਦੀ ਆ ਕਿ ਜਹਾਂ ਗਿਆਨ ਤਹਾਂ ਧਰਮ ਹੈ ਉਹ ਸ਼ਰਧਾ ਨੂੰ ਨਾਲ ਰੱਖਦੇ ਆ ਪਰ ਨਾਲ ਗਿਆਨ ਵੀ ਕਹਿੰਦੇ ਆ ਵੀ ਜੇ ਗਿਆਨ ਦੇ ਵਿੱਚ ਸ਼ਰਧਾ ਚੱਲੂਗੀ ਫਿਰ ਇਹਦਾ ਧਰਮ ਜਿਹੜਾ ਆ ਪਰਿਪੂ ਭੁਲੀਭੂਤ ਹੋਣਾ ਨਹੀਂ ਤਾਂ ਇਹਨੇ ਅਗਿਆਨਤਾ ਦੇ ਵਿੱਚ ਬਲਾਈਂਡ ਫੇਥ ਵੱਲ ਨੂੰ ਤੁਰ ਪਿਆ ਫਿਰ ਇਹਨੇ ਉਹ ਸ਼ਰਧਾ ਤਾਂ ਅੰਨੀ ਹੋ ਗਈ ਫਿਰ ਜੇ ਸ਼ਰਧਾ ਅੰਨੀ ਹੋ ਗਈ ਫਿਰ ਇਹਨੇ ਅੰਨਿਆਂ ਵਾਲੇ ਕੰਮ ਕਰਨੇ ਆ ਸੋ ਭਗਤ ਨਾਮਦੇਵ ਜੀ ਦਾ ਜਿਹੜਾ ਸ਼ਬਦ ਆ ਉਹ ਸਾਨੂੰ ਓਲਵੇਜ਼ ਚੇਤੇ ਰੱਖਣਾ ਚਾਹੀਦਾ ਕਿ ਜਿਹੜਾ ਉਹਨਾਂ ਨੇ ਉਹ ਸ਼ਬਦ ਵਿੱਚ ਉਚਾਰਿਆ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹੋਂ ਮੈਂ ਗਿਆਨੀ ਸਿਆਣਾ ਉੱਥੇ ਮਤਲਬ ਇਹ ਆ ਵੀ ਜਦੋਂ ਅਸੀਂ ਆਪਣੇ ਆਪ ਦੇ ਉੱਤੇ ਜੇ ਉਸ ਸਾਈਕੀ ਨਾਲ ਅੱਜ ਦੇਖੀਏ ਜੇ ਉਹ ਉਸ ਟਾਈਮ 'ਤੇ ਹਿੰਦੂ ਨੂੰ ਕਹਿ ਰਹੇ ਆ ਵੀ ਅੰਨਾ ਅਤੇ ਤੁਰਕੂ ਕਾਣਾ ਆ ਅਤੇ ਅੱਜ ਦਾ ਸਿੱਖ ਜਿਹੜਾ ਇਹ ਡੈਫ ਵੀ ਬਣ ਚੁੱਕਾ ਆ ਕਿਉਂਕਿ ਸਾਨੂੰ ਗੁਰੂ ਨੇ ਸ਼ਬਦ ਲੜ ਦੇ ਲੜ ਲਾਇਆ ਸੀ ਅਸੀਂ ਸ਼ਬਦ ਦੀ ਜਿਹੜੀ ਅਗਵਾਈ ਆ ਉਹ ਭੁੱਲ ਚੁੱਕੇ ਹਾਂ ਜਦ ਅਸੀਂ ਭੁੱਲ ਚੁੱਕੇ ਸਾਨੂੰ ਗੁਰੂ ਜੋ ਕਹਿ ਰਿਹਾ ਸਾਨੂੰ ਸਮਝ ਨਹੀਂ ਲੱਗ ਰਿਹਾ ਸਾਨੂੰ ਸੁਣ ਹੀ ਨਹੀਂ ਰਿਹਾ ਸੋ ਗੁਰੂ ਦੀ ਹਾਜ਼ਰੀ ਦੇ ਵਿੱਚ ਜਦੋਂ ਅਸੀਂ ਉਦਾਂ ਦੀਆਂ ਕੁਤਾਹੀਆਂ ਕਰਦੇ ਹਾਂ ਜਿੱਦਾਂ ਕਹਿ ਦਈਏ ਵੀ ਆਪਾਂ ਹੁਣ ਇਹਦੇ ਵਿੱਚ ਕੋਈ ਲੁਕੀ ਛੁਪੀ ਗੱਲ ਨਹੀਂ ਗੀ ਵੀ ਜਦੋਂ ਕਮੇਟੀਆਂ ਦੀਆਂ ਚੋਣਾਂ ਹੁੰਦੀਆਂ ਜਾਂ ਕੁਛ ਹੋਰ ਸਾਡੇ ਧਾਰਮਿਕ ਮਸਲੇ ਆ ਜਦੋਂ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਇੱਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਹਾਂ ਜਾਂ ਅਸੀਂ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਹਾਂ ਕੀ ਇਹ ਗੁਰਮਤਿ ਆ ਜੇ ਅਸੀਂ ਧਰਮ ਦੀ ਦੁਨੀਆ ਦੇ ਵਿੱਚ ਦੇਖੀਏ ਜਿਹੜਾ ਪਿਤਾ ਆ ਉਹਦੇ ਸਾਹਮਣੇ ਉਹਦੇ ਪੁੱਤ ਲੜਦੇ ਹੋਣ ਤਾਂ ਪਿਤਾ ਦੇ ਦਿਲ ਦੇ ਉੱਤੇ ਕੀ ਬੀਤਦੀ ਹੋਊਗੀ ਦੁਨਿਆਵੀ ਤੌਰ 'ਤੇ ਤਾਂ ਸੋਚ ਲਓ ਜੇ ਸਾਡੇ ਬੱਚੇ ਆ ਉਹ ਆਪਸ ਵਿੱਚ ਲੜਦੇ ਹੋਣਗੇ ਤਾਂ ਉਸ ਪਿਤਾ ਦੇ ਉੱਤੇ ਕੀ ਬੀਤਦੀ ਹੋਊਗੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਦੋਂ ਸਿੱਖ ਦੇ ਉੱਤੇ ਇੱਦਾਂ ਆਕਰਮਣ ਕਰਦਾ ਇੱਕ ਦੂਜੇ ਦੇ ਨਾਲ ਇਨਸਲਟ ਕਰਦੇ ਆ ਉਦਾਂ ਦੀ ਭੱਦੀ ਸ਼ਬਦਾਵਲੀ ਵਰਤਦੇ ਆ ਉਹ ਗੁਰੂ ਦੇ ਬਾਰੇ ਗੁਰੂ ਉਹਨਾਂ ਦਾ ਕੀ ਸੋਚਦਾ ਹੋਊਗਾ ਵੀ ਇਹ ਮੇਰੇ ਸਿੱਖ ਆ ਪਰ ਇਹ ਗੱਲ ਹੈਗੀ ਨਹੀਂ ਜੀ ਹਾਂਜੀ ਦੇਖੋ ਜਿਸ ਤਰ੍ਹਾਂ ਕਹਿੰਦੇ ਆ ਵੀ ਜਾਣੀ ਕਸੂਰ ਦੋਹੀਂ ਪਾਸੇ ਹੁੰਦਾ ਬਿਲਕੁਲ ਇੱਕ ਪਾਸੇ ਤਾਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਤਾੜੀ ਤਾਂ ਦੋ ਹੱਥਾਂ ਨਾਲ ਵੱਜਦੀ ਹੈ ਆਫ ਕੋਰਸ ਹਾਂਜੀ ਹੁਣ ਇਹ ਵੀ ਗੱਲ ਠੀਕ ਆ ਵੀ ਮਹਾਰਾਜ ਨੇ ਸਾਨੂੰ ਜਾਣੀ ਕਿ ਜਿਹੜੀਆਂ ਚੀਜ਼ਾਂ ਆ ਆਕਾਰ ਦੇ ਵਿੱਚ ਜਾਂ ਜਿਹੜੀਆਂ ਚੀਜ਼ਾਂ ਦੂਸਰੇ ਵਿੱਚ ਆ ਦੇਹ ਦੇ ਵਿੱਚ ਆ ਹਾਂਜੀ ਉਹਨਾਂ ਦੀ ਪੂਜਾ ਨਹੀਂ ਸਿਖਾਈ ਹੈ ਕਿਉਂਕਿ ਉਹਨਾਂ ਨੂੰ ਸਾਕਤ ਕਹਿੰਦੇ ਜਿਹੜੀ ਉਹਨਾਂ ਦੀ ਪੂਜਾ ਕਰਦੇ ਹਾਂ ਗੁਰੂ ਮਹਾਰਾਜ ਨੇ ਸਾਕਤ ਹਰ ਰਸ ਸਾਧਨਾ ਜਾਣਿਆ ਪਰ ਹੁਣ ਦੂਜੇ ਬੰਨੇ ਗੱਲ ਇਹ ਵੀ ਹੈਗੇ ਨੇ ਜੀ ਜੀ ਵੀ ਜਿਹੜੀਆਂ ਚੀਜ਼ਾਂ ਦਾ ਸੰਬੰਧ ਸਾਡੇ ਗੁਰੂ ਦੇ ਨਾਲ ਆ ਜੇ ਹੁਣ ਕਿਸੇ ਨਾਲ ਤੁਹਾਡਾ ਪਿਆਰ ਹੁੰਦਾ ਉਹਦੀ ਹਰ ਇੱਕ ਚੀਜ਼ ਤੁਹਾਨੂੰ ਪਿਆਰ ਤੁਹਾਨੂੰ ਤੁਸੀਂ ਉਹਨੂੰ ਪਿਆਰ ਕਰਦੇ ਆ ਇਹ ਤੁਹਾਡਾ ਗੁਰੂ ਦੇ ਪ੍ਰਤੀ ਸ਼ਰਧਾ ਆ ਹਾਂ ਪਰ ਜਿਸ ਵੇਲੇ ਹੁਣ ਦੇਖੋ ਕਿਸੇ ਬੰਦੇ ਨਾਲ ਤੁਸੀਂ ਪਿਆਰ ਕਰਦੇ ਆ ਉਹਦੇ ਕੱਪੜੇ ਵੀ ਤੁਹਾਨੂੰ ਪਿਆਰੇ ਲੱਗਦੇ ਆਫ ਕੋਰਸ ਉਹਦਾ ਹਰ ਚੀਜ਼ ਤੁਹਾਨੂੰ ਪਿਆਰੀ ਉਹਦੀ ਚੀਜ਼ਾਂ ਵੀ ਪਿਆਰੀਆਂ ਲੱਗਦੀਆਂ ਕਈ ਵਾਰੀ ਚੀਜ਼ਾਂ ਵੀ ਪਿਆਰੀਆਂ ਰਹਿ ਜਾਂਦੀਆਂ ਉਹ ਬੰਦੇ ਨਾਲ ਪਿਆਰ ਘੱਟ ਜਾਂਦਾ ਪਰ ਗੱਲ ਆ ਕੇ ਗੱਲ ਇੱਥੇ ਆ ਜਾਂਦੀ ਕਿਉਂਕਿ ਇਸ ਚੀਜ਼ ਦਾ ਬੈਲੈਂਸ ਹੋਣਾ ਚਾਹੀਦਾ ਕਿਉਂਕਿ ਜੇਤਾ ਕੀਤਾ ਤੇਤਾ ਨਾ ਹੋ ਜਦੋਂ ਇਹ ਗੱਲ ਦੀ ਸਮਝ ਲੱਗ ਗਈ ਫਿਰ ਅਸੀਂ ਜਿੰਨੀ ਜਿੰਨੀ ਜਿਸ ਚੀਜ਼ ਦੀ ਵੈਲਿਊ ਆ ਉਹਨੂੰ ਓਨਾ ਇੰਪੋਰਟੈਂਸ ਦੇ ਦੇਣੀ ਹੁਣ ਦੇਖੋ ਜਾਂ ਤਾਂ ਜਿਸ ਵੇਲੇ ਇਹ ਨਾ ਹੋ ਜਾਵੇ ਕਿ ਅਸੀਂ ਇੰਨਾ ਪਿਆਰ ਕਰਨ ਲੱਗ ਪਈਏ ਕਿ ਉਹਨਾਂ ਚੀਜ਼ਾਂ ਨੂੰ ਹੀ ਅਸੀਂ ਪੂਜਾ ਕਰਨ ਲੱਗ ਪਈਏ ਬਿਲਕੁਲ ਆਹ ਇੱਥੋਂ ਇਨਸਾਨ ਜਿਹੜਾ ਕਥਾਈ ਖਾਂਦਾ ਅਤੇ ਇਹਨਾਂ ਚੀਜ਼ਾਂ ਦਾ ਸਾਨੂੰ ਬੈਲੈਂਸ ਕਰਕੇ ਕਿਉਂ ਜਿੱਥੇ ਜਦ ਤੁਸੀਂ ਕਹਿੰਦੇ ਹੋ ਵੀ ਜਹਾਂ ਗਿਆਨ ਤਾਂ ਧਰਮ ਹਾਂ ਚਾਹਾਂ ਝੂਠ ਤਾਂ ਪਾਪ ਕਿਉਂਕਿ ਜਿਹੜਾ ਪਿਆਰ ਵੀ ਆ ਜਾਂ ਸ਼ਰਧਾ ਵੀ ਜਿਹੜੀ ਆ ਉਹ ਜੇ ਨਾਲ ਗਿਆਨ ਦੀ ਅੱਖ ਹੈਗੀ ਆ ਬਿਲਕੁਲ ਉਹਨਾਂ ਨੂੰ ਪਤਾ ਵੀ ਇਹਦੀ ਲਾਈਨ ਕਿੱਥੇ ਆ ਜੀ ਇਹਦੀ ਲਿਮਿਟ ਕਿੱਥੇ ਆ ਅਸੀਂ ਕਿੱਥੇ ਤੱਕ ਜਾਣਾ ਆਫ ਕੋਰਸ ਹੈ ਜੀ ਕਿਉਂਕਿ ਜੇ ਤਰਕ ਵੀ ਕਰਨਾ ਉਹਨੂੰ ਪਤਾ ਆ ਮੇਰੀ ਲਿਮਿਟੇਸ਼ਨ ਕਿੰਨੀ ਆ ਪਰ ਜਿਸ ਵੇਲੇ ਗੱਲ ਇਹ ਹੋ ਜਾਂਦੀ ਵੀ ਜਿਹੜੇ ਤਰਕ ਕਰਨ ਵਾਲੇ ਆ ਉਹ ਤਾਂ ਐਨ ਐਕਸਟ੍ਰੀਮ 'ਤੇ ਇੱਧਰ ਖੜ੍ਹ ਜਾਂਦੇ ਉਹਨਾਂ ਦੇ ਵਿੱਚ ਕੋਈ ਸ਼ਰਧਾ ਰਹਿੰਦੀ ਨਹੀਂ ਉਹਨਾਂ ਦੇ ਵਿੱਚ ਫਿਰ ਉਹ ਜਿਹੜਾ 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 ਸਬਸਟੈਂਸ ਹੁੰਦਾ ਟੋਟਲੀ ਜਾਂਦਾ ਲੱਗਦਾ ਉਹ ਜਾਣੀ ਕਿ ਸ਼ਰਧਾ ਅਤੇ ਪਿਆਰ ਜਿਹੜਾ ਆ ਉਹ ਬ੍ਰੇਕ ਹੀ ਹੋ ਜਾਂਦਾ ਸਾਰਾ ਕੁਝ ਉਹ ਐਨ ਵਿੱਚੋਂ ਕੱਢ ਕੇ ਦੇਖਦੇ ਆ ਜਿੱਦਾਂ ਕਹਿ ਦਈਏ ਫੁੱਲਾਂ ਦੀ ਖੁਸ਼ਬੂ ਨੂੰ ਲੱਭਣ ਤੁਰਿਆ ਸੀਗਾ ਮੈਂ ਦੱਸਦਾ ਤੈਨੂੰ ਤਰਕ ਵਾਲਾ ਕਹਿੰਦਾ ਵੀ ਮੈਂ ਦੱਸਦਾ ਉਹਨੇ ਪੰਖੜੀ ਤੋੜਤੀਆਂ ਸਾਰੀਆਂ ਪੰਖੜੀਆਂ ਤੋੜ ਕੇ ਡੋਡੀ ਵੀ ਤੋੜ ਦਿੱਤੀ ਉਹ ਫੁੱਲੇ ਖਤਮ ਕਰ ਦਿੱਤਾ ਹੁਣ ਦੂਜੇ ਬੰਨੇ ਜਿਹੜਾ ਹੈਗਾ ਪਿਆਰ ਵਾਲਾ ਹਾਂ ਔਰ ਜਾਣੀ ਕਿ ਜਿਹੜੀ ਗਿਆਨ ਦੀ ਅੱਖ ਤਾਂ ਛੱਡ ਦਿੱਤੀ ਵਿੱਚੋਂ ਜੀ ਉਹ ਜਿਹੜੀ ਲਿਮਿਟ ਸੀ
ਉਹਨੂੰ ਤੁਹਾਨੂੰ ਪਛਾਣਿਆ ਨਹੀਂ, ਉਹ ਪੂਰਾ ਹੀ ਸ਼ਰਧਾ ਵਿਚੰਨਾ ਹੋ ਗਿਆ। ਸੋ ਇਸ ਕਰਕੇ ਉਹ ਜਿਹੜਾ ਤਰਕਵਾਦੀ ਸੀ ਉਹਦਾ ਉਹ ਆਨਸਰ ਵੀ ਨਹੀਂ ਦੇ ਸਕਿਆ। ਹਾਂ, ਇਹਨੂੰ ਇੱਦਾਂ ਸਮਝ ਲਓ। ਹੁਣ ਇਹ ਸਮਝ ਵੀ ਦੋਹਾਂ ਦੇ ਪਾਸੇ ਥੋੜ੍ਹਾ ਥੋੜ੍ਹਾ ਨੁਕਸ ਹੋਣ ਕਰਕੇ ਇਹ ਪ੍ਰੋਬਲਮਾਂ ਹੁੰਦੀਆਂ, ਇਹ ਝਗੜੇ ਹੁੰਦੇ। ਜੇ ਜਦੋਂ ਇਹ ਝਗੜੇ ਹੁੰਦੇ ਆ ਤੇ ਉਹਦੇ ਵਿੱਚ ਸਫ਼ਰ ਕੌਣ ਕਰਦੀ? ਆਮ ਜਨਤਾ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਉਦਾਂ ਕੁ ਪਤਾ ਵੀ ਨਹੀਂਗਾ। ਜਿਹੜੇ ਲੜਾਈਆਂ ਕਰਾਉਣ ਵਾਲੇ ਉਹ ਹੋਰ ਹੁੰਦੇ ਆ, ਤੇ ਜਿਹੜੇ ਇਹਨਾਂ ਦਾ ਸੰਤਾਪ ਝੱਲਦੇ ਆ ਉਹ ਲੋਕ ਸਧਾਰਨ ਹੁੰਦੇ ਆ। ਦੇਖੋ, ਜਿਹੜੇ ਤਾਂ ਧਰਮ ਨੂੰ ਯਾਨੀ ਕਿ ਕਮਾਉਣ ਵਾਲੇ ਪਾਸੇ ਤੁਰੇ ਹੋ ਆ ਜੀ ਜੀ, ਉਹ ਇੰਨੀਆਂ ਜਿਹੜੀਆਂ ਚਤਰਾਈਆਂ ਨਹੀਂ ਜਾਣਦੇ। ਨਹੀਂ, ਉਹਨਾਂ ਕੋਲ ਤਾਂ ਸੈਂਪਲ ਆ, ਉਹਨਾਂ ਨੂੰ ਕਹਿੰਦੇ ਸਿੱਧੇ ਸਿੱਧੇ ਉਹਨਾਂ ਨੂੰ ਅਸੂਲ ਪਤਾ ਹੋਣੇ ਚਾਹੀਦੇ ਆ। ਜਿਹੜੇ ਰਾਜਸੀ ਲੋਕ ਆ, ਜਿਹੜੇ ਉਹਨਾਂ ਨੂੰ ਕੰਟਰੋਲ ਕਰਕੇ ਉਹਦੇ ਵਿੱਚੋਂ ਪਾਵਰ ਦੁਨਿਆਵੀ ਭਾਲ ਜੀ ਜੀ ਜੀ, ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਮੈਨੀਪੂਲੇਟ ਕਰਕੇ, ਇਹਨਾਂ ਨੂੰ ਕਿੱਦਾਂ ਲੜਾ ਕੇ ਤਾਂ ਡਿਵਾਈਡ ਐਂਡ ਰੂਲ ਦੀ ਪੋਲਿਸੀ ਦੇ ਨਾਲ ਅਸੀਂ ਵਿੱਚੋਂ ਪਾਵਰ ਕੱਢਣੀ ਆ। ਬਿਲਕੁਲ ਇੱਦਾਂ ਹੀ ਹੁੰਦੀ ਆ। ਅਤੇ ਉਹ ਫਿਰ ਜਿਹੜੇ ਚੰਗੇ ਭਲੇ ਸਿਆਣੇ ਬੰਦੇ ਆ ਉਹ ਵੀ ਜਾਣੀ ਕਿ ਵਰਤੇ ਜਾਂਦੇ ਆ, ਮੂਰਖ ਬਣ ਜਾਂਦੇ। ਮੈਂ ਕਿਹਾ ਜਿਹੜੇ ਪੜ੍ਹੇ ਲਿਖੇ ਵਿਦਵਾਨ ਬੁੱਧੀਜੀਵੀ ਹੁੰਦੇ ਆ ਉਹ ਵੀ ਉਹਨਾਂ ਦੇ ਹੱਥਾਂ ਨੱਚਣ ਲੱਗ ਪੈਂਦੇ ਆ। ਠੀਕ, ਉਹ ਵੀ ਉਹਨਾਂ ਨੂੰ ਕਿਉਂਕਿ ਸਰੋਪੇ ਮਿਲ ਜਾਂਦੇ ਆ, ਕਹਿੰਦੇ ਤੁਹਾਨੂੰ ਡਿਗਰੀਆਂ ਦਿੰਦੇ ਹਾਂ, ਤੁਹਾਨੂੰ ਅਸੀਂ ਸਰੋਪੇ ਦਿੰਦੇ ਹਾਂ, ਤੁਸੀਂ ਇੱਧਰ ਆਓ, ਤੁਹਾਨੂੰ ਚੇਅਰ ਦਿੰਦੇ ਹਾਂ, ਤੁਹਾਨੂੰ ਅਸੀਂ ਨੌਕਰੀਆਂ ਦਿੰਦੇ ਹਾਂ। ਜਦੋਂ ਇੱਦਾਂ ਲਾਲਚ ਤੁਹਾਡੇ ਅੰਦਰ ਪੈਦਾ ਹੋ ਜਾਂਦਾ ਫਿਰ ਉਹ ਧਰਮ ਨੂੰ ਵੇਚਣ ਦੇ ਤੁਰ ਪੈਂਦੇ ਆ। ਸੋ ਇਸ ਕਰਕੇ ਉਹਨਾਂ ਤੋਂ ਬਚਣ ਦੇ ਲਈ ਇੱਕ ਸਿੱਖ ਦਾ ਕੰਮ ਕੀ ਆ ਕਿ ਪੂਰਨ ਸ਼ਰਧਾ ਪੂਰਨ ਵਿਸ਼ਵਾਸ ਦੇ ਨਾਲ ਆਪਣੇ ਆਪੇ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰ ਦੇਵੇ। ਗੁਰੂ ਗ੍ਰੰਥ ਅਤੇ ਗੁਰੂ ਪੰਥ ਇਹ ਸਾਡਾ ਗੁਰੂ ਆ। ਜਦੋਂ ਅਸੀਂ ਇਹਦੇ ਅੱਗੇ ਸਮਰਪਿਤ ਕਰ ਦਿੱਤਾ, ਜਿੱਦਾਂ ਆਪਾਂ ਪਹਿਲਾਂ ਕਿਹਾ ਸੀ ਕਿ ਗੁਰੂ ਜਿਹੜਾ ਆ ਇਹ ਪ੍ਰਣਾਲੀ ਆ ਜਿਹਦੇ ਵਿੱਚ ਹੀ ਹਰੇਕ ਚੀਜ਼ ਨੇ ਘੜ ਹੋ ਕੇ ਬਾਹਰ ਨਿਕਲਣਾ। ਜਦੋਂ ਅਸੀਂ ਗੁਰੂ ਅੱਗੇ ਆਪ ਸਮਰਪਿਤ ਕਰਾਂਗੇ, ਹੌਲੀ ਹੌਲੀ ਜਿਹੜੀਆਂ ਸਾਡੀਆਂ ਮਾਨਤਾਵਾਂ ਬਚਪਨ ਤੋਂ ਸਾਡੇ ਪੇਰੈਂਟਸ ਨੇ ਸਾਡੇ ਅੰਦਰ ਜਿਹੜੀਆਂ ਗੌਰਮਤ ਦੇ ਅਨੁਕੂਲ ਨਹੀਂ ਹੈਗੀਆਂ ਉਹ ਸਾਡੇ ਅੰਦਰ ਫਿੱਟ ਕੀਤੀਆਂ ਆ, ਫਿਰ ਸਾਡੇ ਸਮਾਜ ਨੇ ਸਾਡੇ ਅੰਦਰ ਉਹ ਫਿੱਟ ਕੀਤੀਆਂ ਆ, ਫਿਰ ਸਾਡੇ ਧਾਰਮਿਕ ਆਗੂਆਂ ਨੇ ਸਾਡੇ ਅੰਦਰ ਫਿੱਟ ਕੀਤੀਆਂ ਆ। ਗੁਰੂ ਦੇ ਵਿੱਚ ਇੰਨਾ ਵਿਸ਼ਵਾਸ ਆ, ਗੁਰੂ ਦੇ ਵਿੱਚ ਇੰਨਾ ਬਲ ਆ ਕਿ ਉਹ ਆਪਣੇ ਸਿੱਖ ਦਾ ਜਿਹੜਾ ਜਿੰਨਾ ਵੀ ਅੰਦਰੋਂ ਸਾਰਾ ਪੈਕੇਜ ਆ ਇਹਨੇ ਕ੍ਰੀਏਟ ਕੀਤਾ ਆ ਹਉਮੈ ਦਾ, ਉਹ ਸਾਰਾ ਡਿਲੀਟ ਕਰਕੇ ਉੱਥੇ ਨਿਰੰਕਾਰ ਦਾ ਵਾਸਾ ਕਰਨਾ। ਬਸ ਗੁਰੂ ਦਾ ਇਹ ਸੰਦਰਭ ਆ। ਸੋ ਗੁਰੂ ਨੇ ਇਹ ਕਰ ਵੀ ਦੇਣਾ, ਕਿਉਂਕਿ ਗੁਰੂ ਆਦਿ ਤੋਂ ਲੈ ਕੇ ਇੱਕੋ ਹੀ ਗੁਰੂ ਚੱਲਿਆ ਆ ਰਿਹਾ, ਕੋਈ ਦੋ ਤਿੰਨ ਚਾਰ ਨਹੀਂ ਗੇ। ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਵੀ ਗੱਲ ਕਲੀਅਰ ਕਰਤੀ, ਕਿਉਂਕਿ ਸਤਿਗੁਰ ਜੀਵਟ ਦਾਤਾ ਕੋ ਨਹੀਂ, ਸਤਿਗੁਰ ਤੋਂ ਵੱਡਾ ਹੋਰ ਦਾਤਾ ਕੋ ਨਹੀਂ ਜਿਹਦੇ ਅੰਦਰ ਨਿਰੰਕਾਰ ਦਾ ਵਾਸਾ ਹੈ, ਜਿਹੜਾ ਸਾਰਿਆਂ ਦਾ ਭਲਾ ਸੋਚਦਾ, ਜਿਹੜਾ ਸਾਰਿਆਂ ਦਾ ਕਲਿਆਣ ਕਰਦਾ। ਭਾਵ ਜੇ ਸਾਕਤ ਆ ਉਹਦਾ ਵੀ ਉਹਨੇ ਕਲਿਆਣ ਕਰਨਾ, ਜਿਹੜਾ ਮੰਨਣ ਵਾਲਾ ਉਹਦਾ ਵੀ ਕਰਨਾ। ਸੋ ਦੋਹਾਂ ਨੂੰ ਹੀ ਰੀਅਲਾਈਜੇਸ਼ਨ ਕਰਾਉਣਾ, ਜਿੰਨਾ ਚਿੱਕਰੇ ਬੈਲੈਂਸ ਨਹੀਂ ਹੋਊਗਾ ਸੰਸਾਰ ਦੇ ਅੰਦਰ, ਕਿਉਂਕਿ ਦੋ ਮਨ ਸਾਡੇ ਮਨ ਦੇ ਵਿੱਚ ਦੋ ਇੱਕ ਆਪਣੇ ਗੁਣ ਚੱਲਦੇ ਆ, ਇੱਕ ਹੈਗੀ ਆ ਕੋਮਲਪਨ, ਇੱਕ ਹੈਗੀ ਸਟਬਨ ਨੇਚਰ। ਸੋ ਇਹ ਦੋ ਹੀ ਸਾਡੇ ਸੰਤ ਸਿਪਾਹੀ ਦਾ ਰੂਪ ਧਾਰਨ ਕਰਨਗੇ, ਤਾਂ ਜਾ ਕੇ ਬੈਲੈਂਸ ਬਣਨਾ ਸਾਡੇ ਮਨ ਦਾ। ਜੇ ਗੁਰੂ ਗਿਆਨ ਨਾ ਹੋਇਆ ਫਿਰ ਅਸੀਂ ਇੱਕ ਪਾਸੇ ਡਹਿ ਕੇ ਜਾਂ ਡਿਕਟੇਟਰ ਬਣਾਂਗੇ, ਅਤੇ ਜਾਂ ਅਸੀਂ ਜ਼ਿਆਦਾ ਭਾਵੁਕ ਹੋ ਕੇ ਫਿਰ ਅਸੀਂ ਜਜ਼ਬਾਤਾਂ ਨਾਲ ਲੜਾਈ ਕਰਾਂਗੇ। ਸੋ ਉਹਦੇ ਨਾਲ ਸਭ ਦਾ ਡੈਮੇਜ ਹੀ ਹੁੰਦਾ ਹੁੰਦਾ। ਸੋ ਸਾਨੂੰ ਇਹ ਪਤਾ ਹੋਣਾ ਚਾਹੀਦਾ। ਹਾਂਜੀ ਅੱਛਾ, ਜਿਹੜੀ ਗੱਲ ਮੈਂ ਵਿੱਚ ਕਰ ਰਿਹਾ ਸੀ ਕਹਿੰਦੇ ਜੀ, ਉਹ ਇਹ ਸੀ ਕਈ ਪ੍ਰਾਣੀ ਜਿਹੜੇ ਆ ਗੁਰੂ ਨੂੰ ਆਪਾਂ ਸਮਰਪਣ ਕਰ ਦਿੰਦੇ ਹਾਂ ਜੀ, ਜਿਸ ਵੇਲੇ ਆਪਾਂ ਸਮਰਪਣ ਹੁੰਦਾ ਬਿਲਕੁਲ, ਫਿਰ ਕੀ ਹੁੰਦਾ, ਮਾਇਆ ਜਿਹੜੀ ਹੋਰ ਰੂਪ ਵਿੱਚ ਉਹਨਾਂ ਨੂੰ ਆ ਕੇ ਫੜਦੀ ਆ ਵੀ ਇਹ ਬੰਦਾ ਤਾਂ ਮੇਰੇ ਹੱਥੋਂ ਨਿਕਲ ਚੱਲਿਆ। ਬਿਲਕੁਲ, ਇਹ ਗੱਲ ਮੰਨਣ ਵਾਲੀ ਆ, ਜਾਂ ਇੱਦਾਂ ਹੁੰਦੀ ਆ। ਫਿਰ ਲੋਕਾਂ ਦੀ ਵਾਹ ਵਾਹ ਦੇ ਰੂਪ ਦੇ ਵਿੱਚ ਮਾਇਆ ਆਉਂਦੀ ਆ। ਬਿਲਕੁਲ, ਉਹ ਆ ਕੇ ਕਹਿੰਦੀ ਬਹੁਤ ਬਹੁਤ ਬੱਲੇ 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 ਗਿਆਨੀ ਜੀ, ਤੁਸੀਂ ਤਾਂ ਧੰਨ ਹੋ, ਤੁਹਾਡੇ ਵਰਗਾ ਕੋਈ ਹੈ ਹੀ ਨਹੀਂ ਜੀ। ਉਹਦੇ ਨਾਲ ਕੀ ਹੁੰਦਾ, ਉਹ ਬੰਦਾ ਜਿਹੜਾ ਆ ਉਸ ਮਾਇਆ ਦੇ ਵਿੱਚ ਫੇਕ ਖੜ ਜਾਂਦਾ, ਜਿੱਥੋਂ ਤੁਰਿਆ ਸੀ ਉੱਥੇ ਖੜ ਜਾਂਦਾ, ਉੱਥੇ ਖੜ ਕੇ ਉਹ ਮਾਇਆ ਦਾ ਰਸ ਲੈਣ ਲੱਗ ਪੈਂਦਾ, ਉਹਦਾ ਰਸ ਲੈਣ। ਬਿਲਕੁਲ ਬਿਲਕੁਲ, ਉਹ ਜਿਹੜੀ ਆਤਮਕ ਤਰੱਕੀ ਆ ਉਹ ਖੜ ਜਾਂਦੀ ਆ। ਇਹੀ ਕਾਰਨ ਅਸੀਂ ਦੇਖੂਗੇ ਬਹੁਤ ਜਿਹੜੇ ਜਾਣੀ ਕਿ ਜਨਤਾ ਆ ਧਰਮ ਦੇ ਖੇਤਰ ਦੇ ਵਿੱਚ, ਉਹ ਇੱਥੇ ਖੜੀ ਆ, ਉਹ ਇੱਥੇ ਖੜੀ ਆ। ਹਾਂਜੀ, ਇੱਦਾਂ ਹੀ ਉਹ ਜਿਹੜਾ ਗਾਂਹ ਦਾ ਜਿਹੜਾ ਰੂਹਾਨੀ ਸਫ਼ਰ ਆ ਉਹ ਉੱਥੇ ਤੱਕ ਪਹੁੰਚ ਨਹੀਂ ਸਕਦਾ, ਤੁਰਦੇ ਨਹੀਂ ਤੁਰਦੇ। ਸੋ ਵੈਸੇ ਆਪਣਾ ਸਮਾਂ ਹੋ ਗਿਆ, ਹਾਂਜੀ, ਇਸ ਕਰਕੇ ਅਸੀਂ ਆਪਣੀ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ। ਓਕੇ ਜੀ। ਸੋ ਅੱਜ ਅਸੀਂ ਜੋ ਗੁਰਮਤਿ ਦੀ ਵਿਚਾਰ ਕੀਤੀ ਆ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਸਮਹਾਨ ਬਚਨਾਂ ਦੇ ਉੱਤੇ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਕੀਤੀ ਹੈ ਕਿ ਖਰਾ ਖਰਾ ਸਰਾਹੋ ਤਾਹੂ, ਮੈਂ ਮਨ ਲਾ ਕੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹਾਂ ਜੋ ਖਿੰਨਵੇਂ ਉਨੇ ਸੁਭਰ ਭਰਾਹੋ, ਜਿਹੜਾ ਇੱਕ ਛਿੰਨ ਦੇ ਵਿੱਚ ਗੁਣਾਂ ਤੋਂ ਖਾਲੀ ਹਿਰਦਿਆਂ ਨੂੰ
ਗੁਣਾਂ ਨਾਲ ਨਕਾ ਨੱਕ ਭਰ ਦਿੰਦਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਪਿਆਰ ਨਫ਼ਰਤ ਬਲਾਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸਤਤ ਮਨ ਮੈਂ ਕਰ ਨਿਰੰਕਾਰ।